ਸਾਡੇ ਨਾਲ ਇਸ ਵੇਲੇ ਪ੍ਰੋਫੈਸਰ ਬੀ ਐਸ ਘੁੰਮਣ ਜੁੜੇ ਨੇ। ਪ੍ਰੋਫੈਸਰ ਬੀ ਐਸ ਘੁੰਮਣ ਸਾਬਕਾ ਵਾਈਸ ਚਾਂਸਲਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਔਰ ਜਿਹੜਾ ਵਿਸ਼ਾ ਅੱਜ ਆਪਾਂ ਡਿਸਕਸ ਕਰ ਰਹੇ ਹਾਂ ਇਹਦੇ 'ਤੇ ਇਹਨਾਂ ਦੀ ਬਹੁਤ ਜ਼ਿਆਦਾ ਮਹਾਰਤਾ ਵਾ, ਇਹਦੇ 'ਤੇ ਬਹੁਤ ਇਹਨਾਂ ਨੇ ਕੰਮ ਕੀਤਾ ਹੋਇਆ ਵਾ, ਔਰ ਅਖਬਾਰਾਂ ਦੇ ਵਿੱਚ ਇਹਦੇ ਬਾਰੇ ਅਨਇੰਪਲੋਇਮੈਂਟ ਬਾਰੇ ਇਹਨਾਂ ਨੇ ਲੇਖ ਵੀ ਲਿਖੇ ਆ। ਪ੍ਰੋਫੈਸਰ ਘੁੰਮਣ, ਮੈਨੂੰ ਇਹ ਦੱਸੋ ਕਿ ਪੰਜਾਬ ਦੇ ਨੌਜਵਾਨ ਬੜੀ ਵੱਡੀ ਤਾਦਾਦ ਦੇ ਵਿੱਚ ਬਾਹਰਲੇ ਮੁਲਕਾਂ ਜਾ ਰਹੇ ਆ, ਪਹਿਲਾਂ ਕੈਨੇਡਾ ਜਾ ਰਹੇ ਸੀ ਔਰ ਹੁਣ ਹੋਰ ਅਤੇ ਹੋਰ ਰਸ਼ੀਆ ਜਿੱਥੇ ਲੜਾਈ ਚੱਲ ਰਹੀ ਆ ਉੱਥੇ ਵੀ ਜਾ ਕੇ ਭਰਤੀ ਹੋ ਰਹੇ ਆ। ਕਿੱਡੀ ਕੁ ਵੱਡੀ ਸਮੱਸਿਆ ਵਾ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਦੀ? ਚੰਦੂ ਸਾਹਿਬ, ਬੇਰੁਜ਼ਗਾਰੀ ਦੀ ਸਮੱਸਿਆ ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਬੜੀ ਗੰਭੀਰ ਸਮੱਸਿਆ ਹੈ, ਵਰਲਡ ਐਜ਼ ਏ ਹੋਲ ਤੇ ਗੰਭੀਰ ਸਮੱਸਿਆ ਹੈਗੀ ਹੈ। ਜੇ ਅਸੀਂ ਇਹਦੇ ਥੋੜ੍ਹੇ ਜਿਹੇ ਅੰਕੜੇ ਦੇਖਣਾ ਚਾਹੀਏ ਤਾਂ ਪੰਜਾਬ ਦੇ ਵਿੱਚ 7% ਹੁਣ ਬੇਰੁਜ਼ਗਾਰੀ ਦੀ ਦਰ ਹੈਗੀ ਹੈ ਤੇ ਇੰਡੀਆ ਦੇ ਵਿੱਚ 8% ਹੈਗੀ ਹੈ। ਓਕੇ, ਜੇ ਅਸੀਂ ਮੋਟਾ ਜਿਹਾ ਅੰਕੜਾ ਦੇਖਣਾ ਹੋਵੇ ਤਾਂ ਪੰਜਾਬ ਦੇ ਵਿੱਚ 20-25 ਲੱਖ ਤੱਕ ਜਿਹੜੇ ਬੰਦੇ ਹੈਗੇ ਆ ਜਾਂ ਵਰਕਰਸ ਹੈਗੇ ਉਹ ਅਨਪਲੋਇਡ ਹੈਗੇ ਐਕਸਪੈਕਟ, ਤੇ ਇਹ ਜਿਹੜੀ ਬੇਰੁਜ਼ਗਾਰੀ ਹੈ ਇਹ ਪੜ੍ਹਿਆ ਲਿਖਿਆ 'ਚ ਜ਼ਿਆਦਾ ਹੈਗੀ ਹੈ। ਓਕੇ, ਹੈ ਦੋਨਾਂ 'ਚ ਪਰ ਪੜ੍ਹੇ ਲਿਖਿਆ 'ਚ ਜ਼ਿਆਦਾ ਹੈਗੀ ਹੈ। ਇਹਦਾ ਮਤਲਬ ਇਹ ਹੈ ਵੀ ਲੋਕੀ ਪੜ੍ਹ ਜਾਂਦੇ ਆ, ਬੱਚੇ ਪੜ੍ਹ ਜਾਂਦੇ ਆ ਪਰ ਉਹਨਾਂ ਨੂੰ ਆਪਣੀ ਕੁਆਲੀਫਿਕੇਸ਼ਨ ਦੇ ਮੁਤਾਬਕ ਨੌਕਰੀ ਨਹੀਂ ਮਿਲਦੀ, ਇਸ ਕਰਕੇ ਉਹ ਪਾਈਲ ਅਪ ਹੋਈ ਜਾਂਦਾ, ਨੰਬਰ ਵਧੀ ਜਾਂਦਾ। ਜੇ ਅਸੀਂ ਥੋੜ੍ਹੀ ਜਿਹੀ ਹੋਰ ਝਾਤੀ ਮਾਰੀਏ ਤਾਂ ਪਲੱਸ ਟੂ ਤੇ ਜਿਹੜੇ ਬੀਏ ਕੀਤੇ ਬੱਚੇ ਉਹ ਜ਼ਿਆਦਾ ਬੇਰੁਜ਼ਗਾਰ ਹੈਗੇ ਆ। ਉਹਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈਗਾ ਵੀ ਜਿਹੜੀ ਇੰਪਲੋਇਬਿਲਟੀ ਦਾ ਰੇਟ ਹੈ ਸਿੰਧੂ ਸਾਹਿਬ ਬਹੁਤ ਘੱਟ ਹੈਗਾ। ਮੈਂ ਸਿਰਫ 2 ਅੰਕੜੇ ਤੁਹਾਡੇ ਨਾਲ ਸਾਂਝੇ ਕਰਨਾ ਚਾਹਾਂਗਾ। ਜਿਹੜਾ ਜਨਰਲ ਗ੍ਰੈਜੂਏਟ ਹੈ ਜਿਹਨੂੰ ਆਪਾਂ ਬੀਏ ਕਹਿ ਦਿੰਦੇ ਹਾਂ ਜੀ, ਉਹ 100 ਦੇ ਵਿੱਚੋਂ ਸਿਰਫ 10% ਮਤਲਬ ਕਿ ਰੁਜ਼ਗਾਰ ਦੇ ਯੋਗ ਹੈਗਾ। ਜਿਹੜਾ ਟੈਕਨੀਕਲ ਗ੍ਰੈਜੂਏਟ ਹੈ ਜੀ, ਇੰਜੀਨੀਅਰ ਤੇ ਬਾਕੀ ਆ ਜਾਂਦੇ ਉਹ 25% ਰੁਜ਼ਗਾਰ ਦੇ ਫਿੱਟ ਹੈਗੇ ਆ। ਅੱਛਾ, ਬਾਕੀ ਉਹ 90% ਤੇ 75% ਮਤਲਬ ਕਿ ਉਹਨਾਂ ਨੂੰ ਆਪਣੀ ਵਿਦਿਅਕ ਯੋਗਤਾ ਦੇ ਮੁਤਾਬਕ ਨੌਕਰੀ ਨਹੀਂ ਮਿਲਦੀ। ਅੱਛਾ, ਤੇ ਇਹਦੇ ਜੇ ਆਪਾਂ ਥੋੜਾ ਜਿਹਾ ਕਾਰਨ ਦੇਖਣ ਦੀ ਕੋਸ਼ਿਸ਼ ਕਰੀਏ ਤਾਂ 2 ਤਰ੍ਹਾਂ ਦੇ ਕਾਰਨ ਇਹ ਸਮੱਸਿਆ ਦਾ ਯਾਨੀ ਕਿ ਕਾਰਨ ਬਣਦੇ ਆ। ਇੱਕ ਉਹ ਕਾਰਨ ਨੇ ਜਿਹੜੇ ਡਿਮਾਂਡ ਸਾਈਡ ਤੇ ਆ ਰਹੇ ਆ, ਜਿਹਨਾਂ ਕਰਕੇ ਰੁਜ਼ਗਾਰ ਪੈਦਾ ਹੁੰਦੇ ਆ ਵੀ ਕਿੰਨੀ ਕੁ ਡਿਮਾਂਡ ਹੈ। ਓਕੇ, ਉਹ ਚ ਫਟਾਫਟ ਮੈਂ ਤੈਨੂੰ 3-4 ਫੈਕਟਰ ਦੱਸ ਦਿੰਦਾ ਹੈਗਾ ਜੀ। ਇੱਕ ਤਾਂ ਇਹ ਵੀ ਜਿਹੜੀ ਪੰਜਾਬ ਦੀ ਆਰਥਿਕਤਾ ਹੈ ਇਹਦੀ ਜਿਹੜੀ ਵਾਧੇ ਦੀ ਦਰ ਹੈ ਬਹੁਤ ਘੱਟ ਹੈਗੀ ਹੈ, ਵਿਕਾਸ ਦਰ 5% ਹੈਗੀ ਹੈ ਪਰ ਐਨਮ, ਤੇ ਬਾਕੀ ਸਟੇਟ ਬਹੁਤ ਹਾਈ ਰੇਟ ਤੇ ਗਰੋ ਕਰ ਰਹੀਆਂ। ਇੱਕ ਤਾਂ ਵੀ ਇਕਾਨਮੀ ਘੱਟ ਦਰ ਤੇ ਵੱਧ ਰਹੀ ਹੈ, ਇਸ ਕਰਕੇ ਡਿਮਾਂਡ ਘੱਟ ਹੈਗੀ ਹੈ। ਓਕੇ, ਦੂਸਰਾ ਜੇ ਅਸੀਂ ਸੈਕਟਰਾਂ ਤੇ ਨਜ਼ਰ ਮਾਰੀਏ ਤਾਂ ਐਗਰੀਕਲਚਰ ਕਰਨਾ ਮਤਲਬ ਕਿ ਅਹਿਮ ਕਿੱਤਾ ਇੱਥੋਂ ਦਾ ਰਿਹਾ, ਪਰ ਜਿਹੜਾ ਪੜ੍ਹਿਆ ਲਿਖਿਆ ਹੈਗਾ ਉਹਨੂੰ ਖੇਤੀਬਾੜੀ ਅਟਰੈਕਟ ਨਹੀਂ ਕਰਦੀ 2 ਕਾਰਨਾਂ ਕਰਕੇ। ਓਕੇ, ਇੱਕ ਤਾਂ ਜਿਹੜੀ ਇੰਪਲੋਇਬਿਲਟੀ ਦੀ ਦਰ ਹੈ ਜਿਉਂ ਜਿਉਂ ਜਿਹੜਾ ਖੇਤੀਬਾੜੀ ਵੱਧਦਾ ਉਹਦੇ ਨਾਲ ਘੱਟਦੀ ਹੈ, ਮੈਕਨਾਈਜੇਸ਼ਨ ਬਹੁਤ ਜ਼ਿਆਦਾ ਹੋਈ ਹੈ। ਓਕੇ ਓਕੇ, ਦੂਸਰਾ ਜਿਹੜਾ ਸਾਡਾ ਪੰਜਾਬੀ ਯੂਥ ਹੈ ਉਹਨੂੰ ਆਪਣੀ ਐਸਪੀਰੇਸ਼ਨ ਦੇ ਮੁਤਾਬਕ ਐਗਰੀਕਲਚਰ ਸੈਕਟਰ ਸੂਟ ਨਹੀਂ ਕਰਦਾ। ਓਕੇ, ਇਸ ਕਰਕੇ ਕਿਸਾਨਾਂ ਦੇ ਵੀ ਹੁਣ ਅਨਇੰਪਲੋਇਡ ਹੈਗੇ, ਚਾਹੇ ਉਹਨਾਂ ਨੂੰ ਘਰ ਵਿੱਚ ਕੰਮ ਮਿਲਦਾ ਵੀ ਹੋਵੇ। ਓਕੇ, ਜੇ ਆਪਾਂ ਇੰਡਸਟਰੀ ਤੇ ਝਾਤੀ ਮਾਰੀਏ ਤਾਂ ਸਮਾਲ ਸਕੇਲ ਇੰਡਸਟਰੀ ਜ਼ਿਆਦਾਤਰ ਪੰਜਾਬ 'ਚ ਹੈਗੀ ਹੈ। ਇੱਥੇ ਵੀ ਉਹੀ ਹਾਲ ਹੈ ਵੀ ਸਬ ਸਟੈਂਡਰਡ ਜੋਬਸ ਨੇ ਤੇ ਜਿਹੜੀਆਂ ਵੇਜਸ ਨੇ ਬਹੁਤ ਘੱਟ ਨੇ ਤੇ ਉਹ ਫਿੱਟ ਨਹੀਂ ਕਰਦੀ ਜਿਹੜਾ ਪੰਜਾਬ ਦੀ ਐਕਸਪੈਕਟੇਸ਼ਨ ਹੈਗੀ ਆ।
ਓਕੇ ਸਰ ਇੰਡਸਟਰੀ ਤੇ ਬੜਾ ਇੰਟਰਸਟਿੰਗ ਫੀਨੋਮੀਨਨ ਆ ਗਿਆ ਹੁਣ ਜਿੱਦਾਂ ਆਪਾਂ ਪਹਿਲਾਂ ਐਗਰੀਕਲਚਰ ਲਈ ਬਾਹਰੋਂ ਵਰਕਰ ਲੈਂਦੇ ਸੀ ਹੁਣ ਇੰਡਸਟਰੀ ਲਈ ਵੀ ਹੋੜ ਲੱਗੀ ਹੋਈ ਹੈ ਬਿਹਾਰ ਤੇ ਯੂਪੀ ਚ ਜਾ ਕੇ ਉਹ ਵਰਕਰਸ ਨੂੰ ਲੈ ਕੇ ਆਉਂਦੇ ਆ ਇੱਥੇ ਇੰਡਸਟਰੀ ਕੰਮ ਕਰਨ ਲਈ ਜੀ। ਤੀਸਰਾ ਜੇ ਸਰਵਿਸ ਸੈਕਟਰ ਦੀ ਗੱਲ ਕਰੀਏ ਤਾਂ ਸਕੋਪ ਹੈਗਾ ਪਰ ਇੱਥੇ ਵੀ ਜ਼ਿਆਦਾ ਪ੍ਰੋਮਿਸਿੰਗ ਨਹੀਂ ਹੈਗਾ। ਓਕੇ ਸਮਾਂ ਆਪਣੇ ਕੋਲ ਓਨਾ ਕੀ ਆ, ਜੇ ਆਪਾਂ ਦੋ ਜਾਂ ਤਿੰਨ ਕਦਮ ਚੁੱਕਣੇ ਹੋਣ ਕੀ ਹੋਣਗੇ ਇਹ ਅਨਇੰਪਲੋਇਮੈਂਟ ਦੀ ਪ੍ਰੋਬਲਮ ਦੂਰ ਕਰਨ ਵਾਸਤੇ ਪੰਜਾਬ ਦੇ ਵਿੱਚ? ਇਹ ਜੇ ਮੈਂ ਫਟਾਫਟ ਤੁਹਾਨੂੰ ਦੱਸਣਾ ਚਾਹਾਂ ਤਾਂ ਪਹਿਲਾ ਕਦਮ ਤਾਂ ਇਹ ਹੈਗਾ ਵੀ ਪੰਜਾਬ ਗਵਰਨਮੈਂਟ ਨੂੰ ਇੱਕ ਲੰਮੇ ਸਮੇਂ ਲਈ ਇੰਪਲੋਇਮੈਂਟ ਪਾਲਿਸੀ ਤਿਆਰ ਕਰਨੀ ਚਾਹੀਦੀ ਹੈ। ਓਕੇ ਉਹਦੇ ਟੀਚੇ ਉਹਦੇ ਨਤੀਜੇ ਉਹਨਾਂ ਨੂੰ ਫੋਲੋ ਅਪ ਕਰਨਾ ਇਹ, ਕਿਉਂਕਿ ਪੰਜਾਬ ਇਸ ਸਥਿਤੀ ਦੇ ਵਿੱਚ ਇੰਪਲੋਇਮੈਂਟ ਨੂੰ ਇਗਨੋਰ ਨਹੀਂ ਕਰ ਸਕਦਾ, ਬਹੁਤ ਐਕਸਪਲੋਸਿਵ ਸਿਚੁਏਸ਼ਨ ਹੋ ਸਕਦੀ ਹੈ। ਓਕੇ ਦੂਸਰਾ ਜਿੰਨੀਆਂ ਵੀ ਗਵਰਨਮੈਂਟ ਦੇ ਵਿੱਚ ਖਾਲੀ ਅਸਾਮੀਆਂ ਪਈਆਂ ਉਹਨਾਂ ਨੂੰ ਫਟਾਫਟ ਮੈਰਿਟ ਬੇਸ ਤੇ ਭਰਨ। ਜਦੋਂ ਮੈਂ ਪੇ ਕਮਿਸ਼ਨ ਦਾ ਮੈਂਬਰ ਸੀ ਫਿਫਥ, ਉਦੋਂ 50% ਵੈਕੈਂਸੀ ਖਾਲੀ ਪਈਆਂ ਸੀ। ਮੈਨੂੰ ਲੱਗਦਾ ਹੁਣ ਵੀ ਉਹੀ ਹਾਲ ਹੋਏਗਾ, ਜੇ ਗਵਰਨਮੈਂਟ ਸਾਰੀਆਂ ਵੈਕੈਂਸੀ ਭਰ ਲਏ ਤਾਂ ਉਹਦੇ ਨਾਲ ਬਹੁਤ ਰਾਹਤ ਅਨਪਲਾਇਡ ਨੂੰ ਮਿਲ ਸਕਦੀ ਹੈ। ਪਰ ਸਰਕਾਰ ਨੇ ਤੇ ਕਿਹਾ ਵਾ ਕਿ ਉਹਨਾਂ ਨੇ ਆਲਮੋਸਟ 40-45 ਹਜ਼ਾਰ ਲੋਕਾਂ ਨੂੰ ਨੌਕਰੀ ਦਿੱਤੀ ਆ। ਹੋਰ ਬਹੁਤ ਸਕੋਪ ਹੈ ਸੰਧੂ ਸਾਹਿਬ ਉੱਤੇ। ਅੱਛਾ ਹੋਰ ਬਹੁਤ ਸਕੋਪ ਹੈ, ਚਲੋ ਦੋ ਗੱਲਾਂ ਹੋ ਗਈਆਂ। ਤੀਸਰੀ ਗੱਲ, ਤੀਸਰਾ ਜਿਹੜੀ ਐਜੂਕੇਸ਼ਨ ਸਿਸਟਮ ਹੈ ਇਹਨੂੰ ਨਾ ਸਕਿੱਲ ਓਰੀਐਂਟਡ ਕਰਨ ਦੀ ਲੋੜ ਹੈ। ਅੱਜ ਦਾ ਪੜ੍ਹਿਆ ਲਿਖਿਆ ਬੱਚਾ ਆਪਣੇ ਆਪ ਨੂੰ ਨੌਕਰੀ ਦੇ ਫਿੱਟ ਸਮਝਦਾ ਪਰ ਮਾਰਕੀਟ ਉਹਨੂੰ ਰਿਜੈਕਟ ਕਰ ਦਿੰਦੀ ਹੈ। ਓਕੇ ਉਹ ਕਹਿੰਦੀ ਹੈ ਵੀ ਇਹਦੇ ਕੋਲ ਉਹ ਹੁਨਰ ਨਹੀਂ ਹੈਗਾ, ਉਹ ਸਕਿੱਲ ਨਹੀਂ ਹੈਗਾ ਜਿਹਦੀ ਸਾਨੂੰ ਲੋੜ ਹੈਗੀ ਹੈ ਜੀ। ਚੌਥਾ ਹੈਗਾ ਵੀ ਜੇ ਅਸੀਂ ਹੋਰ ਵਧੀਆ ਕਰਨਾ ਵੀ ਤਾਂ ਹਿਊਮਨ ਰਿਸੋਰਸਿਸ ਨੂੰ ਅਸੀਂ ਬਾਹਰ ਐਕਸਪੋਰਟ ਕਰ ਸਕਦੇ ਹਾਂ। ਹੁਣ ਤਾਂ ਅਨਲੀਗਲ ਇਲੀਗਲ ਤਰੀਕੇ ਨਾਲ ਜਾਂਦੇ ਆ ਜਿਹਨੂੰ ਆਪਾਂ ਡੰਕੀ ਰੂਟ ਵੀ ਕਹਿ ਦਿੰਦੇ ਹੈਗੇ ਹਾਂ। ਰਾਈਟ, ਪਰ ਜੇ ਗਵਰਨਮੈਂਟ ਦੇ ਰਾਹੀਂ ਜਾਣ ਤਾਂ ਅੱਛੀ ਜਗ੍ਹਾ ਤੇ ਉੱਥੇ ਜਾਣਗੇ ਜਿੱਥੇ ਉਹਦੀ ਡਿਮਾਂਡ ਹੈ, ਤੇ ਗਵਰਨਮੈਂਟ ਦੇ ਵਿਚਕਾਰ ਆ ਜਾਂਦੀ ਹੈ ਤਾਂ ਲੋਕਾਂ ਨੂੰ ਉੱਥੇ ਭਰੋਸਾ ਵੀ ਥੋੜਾ ਜ਼ਿਆਦਾ ਹੋਏਗਾ। ਜਿਹੜਾ ਚੌਥਾ ਹੈਗਾ ਉਹ ਹੈਗਾ ਇੱਕ ਫਿਨਿਸ਼ਿੰਗ ਸਕੂਲ ਦਾ ਕੰਸੈਪਟ ਹੈ ਸਿੰਧੂ ਸਾਹਿਬ ਜੀ, ਵੀ ਜਦੋਂ ਯੂਨੀਵਰਸਿਟੀ ਤੇ ਕਾਲਜ ਬੱਚਿਆਂ ਨੂੰ ਪੜ੍ਹਾਉਂਦੀ ਹੈ ਤਾਂ ਇੱਕ ਹੁਨਰ ਦਿੰਦੀ ਹੈ ਤੇ ਇੱਕ ਇੰਡਸਟਰੀ ਨੂੰ ਹੁਨਰ ਦੀ ਲੋੜ ਹੈ, ਦੋਨਾਂ ਦੇ ਵਿੱਚ ਇੱਕ ਅੰਤਰ ਹੁੰਦਾ ਹੈ। ਓਕੇ, ਉਸ ਅੰਤਰ ਨੂੰ ਇਹ ਫਿਨਿਸ਼ਿੰਗ ਸਕੂਲ ਫਿਨਿਸ਼ਿੰਗ ਟੱਚ ਦੇ ਕੇ ਉਹਨਾਂ ਨੂੰ ਰੁਜ਼ਗਾਰ ਤੇ ਫਿੱਟ ਕਰ ਸਕਦੇ, ਇਹਦੀ ਵੀ ਸਾਨੂੰ ਸੈਟਅਪ ਕਰਨ ਦੀ ਲੋੜ ਹੈ। ਮੇਰਾ ਜਿਹੜਾ ਫਾਈਨਲ ਯਾਨੀ ਕਿ ਸੁਝਾਅ ਹੈਗਾ ਵੀ ਸਾਡਾ ਜਿਹੜਾ ਯੂਥ ਹੈ ਇਹਨੂੰ ਵੀ ਥੋੜ੍ਹਾ ਜਿਹਾ ਹਾਲਾਤਾਂ ਦੇ ਮੁਤਾਬਕ ਐਡਜਸਟ ਕਰਨਾ ਚਾਹੀਦਾ ਹੈ। ਓਕੇ, ਨਖਰਾ ਤੇ ਨੌਕਰੀ ਦੋਨੋਂ ਇਕੱਠੇ ਨਹੀਂ ਚੱਲਦੇ। ਸਹੀ ਗੱਲ ਹੈ, ਇਹਨਾਂ ਨੂੰ ਥੋੜ੍ਹਾ ਜਿਹਾ ਆਪਣੀਆਂ ਐਕਸਪੈਕਟੇਸ਼ਨ ਨੂੰ ਘਟਾ ਕੇ ਤੇ ਥੋੜ੍ਹਾ ਜਿਹਾ ਐਕਟਿਵ ਮੋਡ 'ਚ ਆ ਕੇ ਵੀ ਜਿੱਦਾਂ ਦੀ ਵੀ ਨੌਕਰੀ ਮਿਲਦੀ ਹੈ ਲੈ ਕੇ ਐਕਸਪੀਰੀਅੰਸ ਗੇਨ ਕਰਕੇ ਫਿਰ ਉੱਪਰ ਨੂੰ ਹੋਰ ਅੱਛਾ ਨੌਕਰੀ ਉਹਨਾਂ ਨੂੰ ਮਿਲ ਸਕਦੀ ਹੈ ਘਰ ਬੈਠਿਆਂ, ਇਹਦਾ ਕੋਈ ਹੱਲ ਨਹੀਂ ਹੈ। ਥੈਂਕ ਯੂ, ਬਹੁਤ ਅੱਛੇ ਸੁਝਾਅ ਆ ਪ੍ਰੋਫੈਸਰ ਕੁਮਨ, ਥੈਂਕ ਯੂ ਵੈਰੀ ਮੱਚ, ਤੁਸੀਂ ਜੁੜੇ ਸਮਾਂ ਕੱਢਿਆ, ਮਿਹਰਬਾਨੀ, ਬਹੁਤ ਮਿਹਰਬਾਨੀ। ਥੈਂਕ ਯੂ ਥੈਂਕ ਯੂ